ਰੜੀਓ ਵਨ ਟੂ ਥ੍ਰੀ ਇਹਨੂੰ ਕੀ ਗੱਲ ਕੀ ਤੇਰੀ ਲੱਤ ਨੂੰ ਕੀ ਗੱਲ ਆ ਉਹ ਹੈ ਸੁਤੀ ਇਹਨੂੰ ਕਿਤੇ ਸੁਤੀ ਰਹਿਣੀ ਆ ਇਹਨੂੰ ਕਿਤੇ ਠਾਲ ਵੀ ਲੈ ਤੈਨੂੰ ਲਵੇ ਮੌਲਾ ਦੀ ਜ਼ਾਤ ਤੈਨੂੰ ਚੁੱਕੇ ਸ਼ਹਿਨਸ਼ਾਹ ਠੰਡੀ ਸਟੇਕ ਹੈਗੀ ਆ ਕੰਮ ਨੀ ਕਰਨਾ ਰਾਤ ਬਿਸਤਰੇ ਚ ਲੱਤ ਬਾਹਰ ਰਹੀ ਹੈ ਸੌ ਗਈ ਰੱਖੀ ਸੀ ਲੱਤ ਬਾਹਰ ਕਿਉਂ ਰੱਖੀ ਚੁੱਕ ਲੈ ਜਾਂਦਾ ਸੀ ਕੋਈ ਤੂੰ ਬਾਹਰ ਰੱਖੀ ਸੀ ਵੀ ਬਕਵਾਸ ਕਰਦਾ ਆ ਕਾਕਾ ਸਰਦੀ ਆ ਸਰਦੀ ਇੱਥੋਂ ਤਾਰਾ ਲਵਾ ਕੇ ਨਾ ਇਹ ਚ ਦੋ ਕੋਲੇ ਰੱਖ ਦਿਓ ਕਿਉਂ ਕੀ ਗੱਲ ਸਟਿੱਕ ਠੰਡੀ ਆ ਮੈਂ ਹੱਥ ਸੇਕ ਕੇ ਫੜਦਾ ਰਿਹਾ ਕਰਾਂ ਗੱਲ ਤਾਂ ਤੇਰੀ ਸਹੀ ਆ ਪੁੱਤ ਓਏ ਸਰਦੀ ਬੜੀ ਪੈ ਰਹੀ ਆ ਬੜੀ ਠੰਡ ਆ ਸਾਡੇ ਸਿਆਣਿਆਂ ਨੇ ਕਿਹਾ ਵੀ ਜਿਹੜਾ ਸਰਦੀ ਦਾ ਇਤਰਾਮ ਨਹੀਂ ਨਾ ਕਰਦਾ ਉਹ ਸਾਡੇ ਚੋਂ ਨਹੀਂ ਅਸੀਂ ਤਾਂ ਉਹ ਕੌਮ ਹੋਈ ਆ ਪੁੱਤ ਓਏ ਅਸੀਂ ਤਾਂ ਕੇਟੂ ਦੇ ਪਹਾੜ ਵੇਖ ਲਈਏ ਬਰਫ਼ ਵਾਲੇ ਅਤੇ ਰਜ਼ਾਈਆਂ ਦਾ ਆਰਡਰ ਦੇ ਦੀਦਾ ਅਸੀਂ ਤਾਂ ਉਹ ਕੌਮ ਹੋਏ ਕਿਹੜਾ ਨਾਮ ਰਾਤ ਉਹ ਠੰਡੀ ਕੁੰਡੀ ਹੈਲੋ ਇਹ ਕੌਣ ਆ ਗਿਆ ਕੌਣ ਆ ਬਈ ਭਾਈ ਆ ਜਾ ਕੌਣ ਆ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਆ ਜੀ ਚੰਗਾ ਆ ਠੀਕ ਆ ਸਿਹਤ ਤਬੀਅਤ ਚੰਗਾ ਜੀ ਖੈਰ ਹੈ ਖੈਰ ਹਾਂਜੀ ਹਾਂਜੀ ਬਸ ਵੈਸੇ ਰੈਸਲ ਕਰਵਾ ਰਹੇ ਸੀ ਮੁੰਡੇ ਚੱਲੇ ਸੀ ਕੰਮ ਤੇ ਚੱਲੇ ਹੋ ਜੀ ਹਾਂਜੀ ਹਾਂਜੀ ਦੁਕਾਨ ਤਾਂ ਕੋਈ ਨਹੀਂ ਬਣਾਈ ਘਰੇ ਹੀ ਮਾਮਲਾ ਸਾਰਾ ਤੁਹਾਡਾ ਵੈਸੇ ਰੈਸਲ ਰੁਸਲ ਕਰਵਾ ਦੇ ਦੀ ਹੈ ਦੁਕਾਨ ਹੈਗੀ ਹੈ ਜੀ ਲੇਕਿਨ ਪਿੰਡ ਦੇ ਮੋੜ ਤੇ ਆ ਠੰਡ ਵੇਖੋ ਕਿੰਨੀ ਪੈਣ ਡਈ ਹੈ ਤੇ ਮਰਨਾ ਉੱਥੇ ਲਿਜਾ ਕੇ ਹੀ ਮੁੰਡਿਆਂ ਨੂੰ ਆਹਦੇ ਅਸੀਂ ਇੱਕ ਸ਼ਾਦੀ ਤੇ ਜਾਣਾ ਸੀ ਲੇਕਿਨ ਅਸੀਂ ਨਹੀਂ ਗਏ ਘੰਟਾ ਹੋ ਗਿਆ ਤੁਹਾਡਾ ਘਰ ਲੱਭਦਿਆਂ ਨੂੰ ਅਸੀਂ ਸਰਦੀ ਇੰਨੀ ਪੈ ਰਹੀ ਆ ਸਰਦੀ ਦੀ ਵਜ੍ਹਾ ਤੋਂ ਅਸੀਂ ਬਾਹਰ ਨਹੀਂ ਨਿਕਲਦੇ ਬਹੁਤ ਸਰਦੀ ਪੈਣ ਡਈ ਹੈ ਅੱਛਾ ਜੀ ਹਾਂ ਰਾਤੀ ਜਵਾਈ ਪਾਈ ਆਇਆ ਸੀ ਹਾਂ ਆ ਕੇ ਕਿਤੇ ਉਹਨੇ ਦਰਵਾਜ਼ਾ ਖੜਕਾਇਆ ਹਾਂ ਕੁੰਡੀ ਠੰਡੀ ਸੀ ਹਾਂ ਮੈਂ ਕਿਹਾ ਜਵਾਈ ਵਾਪਸ ਹੋ ਜਾਵੇ ਬੱਚੀ ਨੂੰ ਤਲਾਕ ਹੋ ਜਾਵੇ ਹਾਂ ਲੇਕਿਨ ਕੁੰਡੀ ਨੂੰ ਹੱਥ ਨਹੀਂ ਲਾਉਣਾ ਠੰਡੀ ਦੀ ਵਜ੍ਹਾ ਤੋਂ ਹਾਂ ਠੰਡੀ ਕੁੰਡੀ ਆ ਤੁਸੀਂ ਤਾਂ ਪਤਾ ਨਹੀਂ ਕਿੱਦਾਂ ਵਜਾ ਲਈ ਠੰਡੀ ਕੁੰਡੀ ਬਹੁਤ ਜ਼ਿਆਦਾ ਪਰਸੋਂ ਵੇਖ ਲਾ ਤੂੰ ਸਾਡੇ ਸੈਣਾ ਵੱਡਾ ਮੇਰਾ ਦਾਦਾ ਹਾਂਜੀ ਦਹੀਂ ਕਿਤੇ ਠੰਡਾ ਖਾ ਬੈਠੀ ਹਾਏ ਹਾਏ ਚਮਚ ਲਿਆ ਹਾਂ ਸਿਰਫ ਦਹੀਂ ਠੰਡਾ ਗਿਆ ਹਾਂ ਜਿਵੇਂ ਜਿਵੇਂ ਠੰਡਾ ਦਹੀਂ ਅੰਦਰ ਗਿਆ ਆ ਹਾਂ ਸਾਡਾ ਦਾਦਾ ਪ੍ਰਵਾਦ ਹੋਣਾ ਸ਼ੁਰੂ ਹੋ ਗਿਆ ਹੋਏ 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 ਠੰਡੇ ਦਹੀਂ ਦੀ ਚਮਚੀ ਦੀ ਵਜ੍ਹਾ ਤੋਂ ਇੱਕ ਚਮਚੀ ਠੰਡੀ ਉੱਤੋਂ ਦਹੀਂ ਠੰਡਾ ਨਾਮਰਾਦ ਨੇ ਜਿਹੜਾ ਜਾਗ ਲਾਉਂਦੇ ਆ ਉਹਨੇ ਕਿਤੇ ਫਰਿੱਜ ਚੋਂ ਕੱਢ ਕੇ ਦੇਤਾ ਅੱਛਾ ਨਾਨਾ ਮੇਰਾ ਕਿੱਦਾਂ ਫੌਤ ਹੋਇਆ ਹਾਂ ਵੀ ਰਜ਼ਾਈ ਲਈ ਉੱਪਰ ਹਾਂ ਉਹ ਕਿਤੇ ਰਜ਼ਾਈ ਸੀ ਫਟੀ ਹਾਂ ਉਹਦੇ ਵਿੱਚੋਂ ਪੈਰ ਬਾਹਰ ਰਹਿ ਗਿਆ ਓ ਹੋ 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 ਪੈਰ ਦੀ ਵਜ੍ਹਾ ਤੋਂ ਹੀ ਉਹ ਅੱਲਾ ਨੂੰ ਪਿਆਰਾ ਹੋ ਗਿਆ ਇੰਨੀ ਠੰਡ ਮਹਿਸੂਸ ਕਰਦੇ ਤੁਸੀਂ ਠੰਡ ਨਹੀਂ ਸਾਡੇ ਸਿਆਣਿਆਂ ਨੇ ਕਿਹਾ ਵੀ ਜਿਹੜਾ ਸਰਦੀ ਦਾ ਇਤਰਾਮ ਨਹੀਂ ਕਰਦਾ ਹਾਂ ਉਹ ਸਾਡੇ ਚੋਂ ਨਹੀਂ ਤੇ ਅਸੀਂ ਉਹਨਾਂ ਦੀ ਗੱਲ ਜਿਹੜੀ ਹੈ ਜੇਬ 'ਚ ਪਾਈ ਹੈ ਅਸੀਂ ਉਹਨਾਂ ਨੂੰ ਝੂਠਿਆਂ ਨਹੀਂ ਕਰਨਾ ਚਾਹੁੰਦੇ ਅੱਛਾ ਜੀ ਹਾਂ
ਅਸੀਂ ਬੱਚੀ ਦਾ ਰਿਸ਼ਤਾ ਕਰਨਾ ਸੀ ਪਿੱਛੇ ਜੇ, ਹਾਂਜੀ, ਅਸੀਂ ਰਿਸ਼ਤਾ ਵੇਖਣ ਚਲੇ ਗਏ। ਹਾਂਜੀ, ਤੇ ਜਿਹੜਾ ਜਵਾਈ ਭਾਈ ਸੀ ਨਾ, ਹਾਂਜੀ, ਉਹ ਠੰਡ ਦੇ ਵਿੱਚ ਮੱਝ ਨਲਾਉਣ ਡਿਆ ਸੀ। ਅੱਛਾ, ਜਵਾਬ ਦੇ ਦਿੱਤਾ ਸੀ ਕਿਹੜੀ ਗੱਲੋਂ? ਹਾਏ ਹਾਏ, ਵੀ ਜਿਹੜਾ ਠੰਡ ਦੇ ਵਿੱਚ ਅਤਰਾਮ ਹੀ ਨਹੀਂ ਕਰ ਰਿਹਾ, ਠੰਡ ਤੇ ਮੱਝ ਨਲਾਉਣ ਡਿਆ ਸੁਬਾ 5 ਵਜੇ। ਮੱਝ ਕੋ ਕਿਹੜੀ ਉਹਨੇ ਕਸਮ ਲੈਣੀ ਸੀ? ਮੱਝ ਕੋ ਨਹਾ ਲੈਣਾ ਸੀ ਉਹਨੇ, ਦੁਪਹਿਰ ਨੂੰ ਵੀ ਮੱਝ ਹੋ ਕੇ ਨਹਾ ਸਕਦਾ ਸੀ। ਅਸੀਂ ਕਿਹਾ ਕੂੜ ਆ, ਬੰਦ ਕਰ ਦੇ, ਤੈਨੂੰ ਅਲੋ ਕਰ, ਫੋਨ ਆਉਣ ਡਿਆ ਗੱਲ ਕਰਨ ਡਿਆ ਕੋਈ ਵਿਆਹ ਸ਼ਾਦੀ ਦੀ ਵਿੱਚ, ਬੰਦ ਕਰ ਇਹਨੂੰ। ਤੁਸੀਂ ਥੋੜੇ ਦਿਨ ਪਹਿਲੇ ਮਲਕ ਸਾਹਿਬ ਦੇ ਵਿਆਹ ਤੇ ਗਏ ਸੀਗੇ, ਸਾਹੀਵਾਲ ਲੋਕਾਂ ਨੇ ਰੋਟੀ ਦੀ ਤਾਰੀਫ ਨੀ ਕੀਤੀ, ਲੋਕਾਂ ਨੇ ਰਹਿਣ ਬਹਿਣ ਦੀ ਸਮਾਨ ਦੀ ਤਾਰੀਫ ਨੀ ਕੀਤੀ, ਲੋਕਾਂ ਨੇ ਇਹ ਨੀ ਕਿਹਾ ਕਿ ਤੁਸੀਂ ਪੈਸੇ ਬਹੁਤ ਸੁੱਟੇ, ਲੋਕਾਂ ਨੇ ਪੂਰੀ ਸਾਡੀ ਮਲਕ ਬਰਾਦਰੀ ਨੇ ਇੱਕੋ ਹੀ ਗੱਲ ਕਹੀ ਹੈ ਕਿ ਬਈ ਵਾਜਾ ਅਖੀਰ ਵਜਾ, ਆਪ ਚੰਗੇ ਖੁਸ਼ ਰੱਖੇ, ਆਪ ਚੰਗੇ ਸਾਹਿਬ, ਆਪ ਚੰਗੇ ਸੋਹਣੇ ਗੱਭਰੂ ਜਵਾਨ, ਐਸਾ ਵਾਜਾ, ਐਸਾ ਸੋਹਣਾ ਬਈ, ਐਸਾ ਵਾਜਾ ਨਹੀਂ ਸੁਣਿਆ ਬਈ, ਕਲਾਂਟ ਉਸਤਾਦ ਬਿਸਮਿਲਾ ਖਾਨ ਦੀ ਵੀ ਸੁਣੀ ਪਰ ਨਹੀਂ, ਬਸ ਉਧਰ ਰੂਹ ਦੇ ਵਿੱਚ ਆਏ ਸੀ, ਆਮਦ ਜੀ ਹੋ ਰਹੀ ਸੀ, ਉਦੋਂ ਮਲਕ ਸਾਹਿਬ ਵੀ ਬਰੀਕ ਆਦਮੀ ਸੀ, ਉਹ ਕਹੋ ਜਿਹੜਾ ਤੁਸੀਂ ਗਾਣਾ ਛੇੜਿਆ ਸੀ ਨਾ, ਇੱਕ ਰੋਵੇਂ ਤੂੰ ਬਦਲਾ, ਪਿਛਲੀ ਦਫਾ ਦਵਾਈ ਲੜ ਗਈ ਸੀ, ਐਤਕੀ ਗਾਣਾ ਲੜ ਗਏ, ਮੈਂ ਕਿਹਾ ਗਾਣਾ ਹੀ ਜਿਹਦਾ ਸੀ ਇੱਕ ਰੋਵੇਂ ਤੂੰ ਬਦਲਾ, ਬਦਲਾ ਦੇ ਨਾਂ ਆਏ ਆ, ਅਸੀਂ ਤੁਹਾਨੂੰ ਯਾਦ ਆ ਗਿਆ, ਦਾਦਾ ਯਾਦ ਆ ਗਿਆ ਬਦਲਾਂ ਤੋਂ, ਬਦਲ ਵੀ ਬਦਲ ਹੋਏ ਸੀ, ਸਰਦੀ ਜੀ ਉਮਰ ਆ, ਬਹੁਤਾ ਬਦਲਾਂ ਦਾ ਨਾਂ ਨਾ ਲਓ, ਆ ਵੀ ਜਾਂਦੇ ਹੁੰਦੇ ਆ, ਸਰਦੀ ਬਹੁਤ, ਕੋਸ਼ਿਸ਼ ਕਰੋ ਗਰਮੀਆਂ ਚ ਨਿਕਲੋ, ਸਰਦੀਆਂ ਚ ਕੰਮ ਨਹੀਂ ਕਰਦਾ, ਨਾ 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 ਨਾ, ਅੱਛਾ ਨਾ 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 ਨਾ, ਸਾਡੇ ਕੋਲ ਬਹੁਤਾ ਬਹਿ ਕੇ ਸਰਦੀ ਦਾ ਨਾਂ ਵੀ ਨਹੀਂ ਲੈਣਾ, ਅੱਛਾ ਜੀ, ਹਾਂ ਕਮਜ਼ੋਰ ਦਿਲ ਦੇ ਆ, ਉੱਤੋਂ ਠੰਡ, ਹਾਂ ਮੁਰਾਦ ਇੰਨੀ ਠੰਡ, ਬਾਕੀ ਮਲਕ ਸਾਹਿਬ ਦੀ ਕੀ ਬਾਤ, ਚੰਗੀ ਦੁਨੀਆ। ਮਲਕ ਸਾਹਿਬ ਨੇ ਮੈਨੂੰ ਕਿਹਾ ਜੀ ਕਿ ਜਾਓ ਜੀ ਵਾਜੇ ਵਾਲਿਆਂ ਕੋ, ਅੱਛਾ ਬਸੰਤੇ ਖਾਨ ਕੋ, ਬਸੰਤੇ ਖਾਨ ਤੁਹਾਡਾ? ਹਾਂਜੀ ਬਸੰਤੇ ਖਾਨ, ਹਾਂਜੀ, ਉਹਨਾਂ ਨੇ ਕਿਹਾ ਜਾਓ ਜੀ ਬਸੰਤੇ ਖਾਨ ਕੋ, ਹਾਂਜੀ ਹਾਂਜੀ, ਤੇ ਜਿਹੜਾ ਆਵੇ ਇੱਕੋ ਗੱਲ ਕਵੇ ਕਿ ਮਲਕ ਸਾਹਿਬ ਵਾਜਾ ਕਿੱਥੋਂ ਮੰਗਾਇਆ ਸੀਗਾ, ਜਿਹੜਾ ਆਵੇ ਕਵੇ ਮਲਕ ਸਾਹਿਬ ਵਾਜਾ ਕਿੱਥੋਂ ਮੰਗਾਇਆ ਸੀਗਾ, ਪਰਸੋਂ ਅਸੀਂ ਗਏ ਘੋੜਿਆਂ ਦੀ ਦੌੜ ਤੇ, ਅੱਛਾ ਅੱਛਾ, ਉੱਥੇ ਵੀ ਬੰਦੇ ਸਾਰੇ ਇਹੀ ਕਹੀ ਜਾਣ ਵੀ ਮਲਕ ਸਾਹਿਬ ਜਿੱਦਾਂ ਦਾ ਵਾਜਾ ਤੁਹਾਡੇ ਵਿਆਹ ਤੇ ਬਸੰਤੇ ਖਾਨ ਨੇ ਵਜਾ ਦਿੱਤਾ ਨਾ, ਬਸ ਏਦਾਂ ਦਾ ਕਿਤੇ ਵਾਜਾ ਨਹੀਂ ਅੱਜ ਤੱਕ ਸੁਣਿਆ, ਸੁਣਨ ਵਾਲੇ ਲੋਕ ਵੀ ਚੰਗੇ ਸੀ, ਸੁਣਨ ਵਾਲੇ ਵੀ ਚੰਗੇ ਸੀ, ਤੇ ਜਿੱਲੇ ਮਲਕ ਸਾਹਿਬ ਨੇ ਕੋਈ 20 ਬੰਦਿਆਂ ਤੋਂ ਤਾਰੀਫ ਸੁਣੀ ਨਾ, ਹਾਏ ਮਲਕ ਸਾਹਿਬ ਨੇ ਕਿਹਾ ਕਿ ਮੈਂ ਮਲਕ ਸਾਹਿਬ ਦਾ ਮੁੰਸ਼ੀ ਹਾਂ ਜੀ, ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਮਲਕ ਸਾਹਿਬ ਦਾ ਮੁੰਸ਼ੀ ਹਾਂ, ਤੁਸੀਂ ਉਹ ਦਿਨ ਮਿਲੇ ਵੀ ਸੀ? ਹਾਂਜੀ 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 ਹਾਂਜੀ, ਮੈਂ ਤਾਂ ਉਹ ਦਿਨ ਮਸਰੂਫ ਸੀਗਾ ਤੇ ਤੁਹਾਨੂੰ ਪਤਾ ਵਿਆਹ ਦੇ ਕੰਮਾਂ 'ਚ ਫਿਰ, ਅੱਛਾ, ਤੇ ਉਹ ਇਸ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ, ਆਪਾਂ ਬਹਿ ਨਹੀਂ ਸਕੇ, ਦੇਖਿਆ ਸੀ ਮੈਨੂੰ ਫਿਰਦਿਆਂ ਉੱਥੇ, ਹਾਂਜੀ ਹਾਂਜੀ ਮਲਕ ਸਾਹਿਬ ਦੇ ਨਾਲ ਦੇਖਿਆ, ਹਾਂਜੀ ਹਾਂਜੀ ਹਾਂਜੀ, ਜਿੱਲੇ ਮਲਕ ਸਾਹਿਬ ਨੇ ਇੰਨੇ ਬੰਦਿਆਂ ਤੋਂ ਤਾਰੀਫਾਂ ਸੁਣੀਆਂ ਨਾ, ਅੱਛਾ ਜੀ, ਉਹਨਾਂ ਨੇ ਕਿਹਾ ਜੀ ਜਿੱਦਾਂ ਬਸੰਤੇ ਖਾਨ ਨੇ ਸਾਡਾ ਖੁਸ਼ ਕੀਤਾ ਸਾਨੂੰ, ਜੀ ਜੀ, ਜਿੱਦਾਂ ਸਾਡੀ ਇੱਜ਼ਤ ਬਣਾਈ ਹੈ, ਚੰਗੀ ਦੁਨੀਆ, ਐਦਾਂ ਹੀ ਉਹਨੇ ਕਿਹਾ ਜੀ ਬਸੰਤੇ ਖਾਨ ਨੂੰ ਖੁਸ਼ ਕਰਿਆ ਰਹਿਣਾ, ਹਾਏ ਹਾਏ ਯਾਦ ਆ ਗਿਆ, ਭਲੇ ਲੋਕ ਜੀ, ਵੱਡੇ ਲੋਕ, ਮਾੜੇ ਬੰਦਿਆਂ ਨੂੰ ਪਿਆਰ ਕਰਦੇ, ਅੱਲਾ ਨੇ ਦਿੱਤਾ ਵੀ ਬਹੁਤ ਕੁਝ, ਬਹੁਤ 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 ਰੱਜੇ, ਮੈਂ ਕਹਿੰਦਾ ਹਜ਼ਾਰ ਹਜ਼ਾਰ ਉਹਨਾਂ ਨੇ ਇੰਜ ਦਿੱਤਾ, ਇੰਜ ਦਿੱਤਾ, ਹਜੇ ਤੱਕ ਫੋਟੋ ਜਿਹੜੀ ਹੈ ਨਾ ਮਲਕ ਸਾਹਿਬ ਦੀ ਅੱਖਾਂ ਮੋਰੇ ਮੇਰੀ ਘੁੰਮਦੀ, ਹਾਏ ਹਾਏ ਹਾਏ, ਇੱਦਾਂ ਪੈਸੇ ਦਿੱਤੇ, ਮੀਂਹ ਵਾਂਗੂ ਦਿੱਤੇ, ਮਲਕ ਸਾਹਿਬ ਨੇ ਭੇਜਿਆ ਤੁਹਾਡੇ ਵਾਸਤੇ ਇਨਾਮ ਜੀ,
ਮਿਹਰਬਾਨੀ ਖਾਨਦਾਨੀ ਲੋਕ ਹੈ, ਨਸਲੀ ਲੋਕ, ਨਸਲੀ ਲੋਕ, ਹਾਂਜੀ ਹਾਏ ਹਾਏ ਹਾਏ। ਤੇ ਉਹ ਕਹਿੰਦੇ ਹਰ ਮਹੀਨੇ ਇਹ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਹਾਏ ਹਾਏ, ਅੱਲਾ ਉਹਨਾਂ ਨੂੰ ਹਿਆਤੀ ਦੇਵੇ। ਬਿਮਾਰ ਠਮਾਰ ਰਹਿੰਦੇ ਆ ਉਹ, ਦਿਖ ਤੁਹਾਨੂੰ ਲੱਗਦਾ ਹੀ ਠੀਕ ਸੀਗੇ, ਨਹੀਂ ਹੁਣ ਠੀਕ ਹੈ, ਤਬੀਅਤ ਠੀਕ ਹੈ, ਗੁਰਦਿਆਂ ਦਾ ਮਸਲਾ, ਮੌਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਮੌਲਾ ਉਹਨਾਂ ਨੂੰ ਤੰਦਰੁਸਤੀ ਦੇਵੇ, ਉਹ ਜੀਂਦੇ ਰਹਿਣ, ਗੁਰਦੇ ਪਵਾਂ ਸਾਡੇ ਯਾਰ ਕਿਤੇ ਕਿਸੇ ਦੇ ਹੁਣ ਜ਼ਰੂਰਤ ਪਵੇ ਤਾਂ ਲੈ ਵੀ ਲੈਣਾ, ਹਾਂਜੀ ਹਾਂ, ਮੁੰਡਾ ਹੈਗਾ ਆ ਮੈਂ ਦੇ ਦਿਆਂਗਾ ਇਹਦੇ ਗੁਰਦੇ। ਕਿਹਦੇ? ਹੈ ਮੁੰਡੇ ਆ, ਕੀ ਨਾਂ ਇਹਦਾ? ਇਹਦਾ ਨਾਂ ਮੱਖੀ ਆ। ਤੁਹਾਨੂੰ ਮੌਲਾ ਲਵੇ ਉਸਤਾਦ ਜੀ, ਜਦੋਂ ਵੀ ਗੱਲ ਕਰਿਓ ਵਿੱਚ ਚੰਗੀਆਂ ਗੱਲਾਂ ਦੇ, ਕੋਈ ਇੱਕ ਅੱਧੀ ਮਾੜੀ ਗੱਲ ਲਾਜ਼ਮੀ ਕਰਿਓ। ਪੁੱਤ ਕਿਸੇ ਦਾ ਭਲਾ ਪੁੱਤ ਕਰਨਾ ਤੇ ਮੇਰੇ ਜ਼ਰੂਰ ਦੋ ਦੇਣੇ, ਇੱਕ ਆਪਣਾ ਦੇ ਦਿਓ, ਦੋ ਨਾਲ ਦਾ ਹੀ ਹੈ। ਲੈ ਪੁੱਤ ਸੀ ਮੌਲਾ ਤੁਹਾਨੂੰ, ਤੂੰ ਗੁਰਦੇ ਹੀ ਕਰਨੇ ਆ ਇੰਨਾ ਕੁਛ ਰੱਖ ਕੇ, ਤੇ ਕੋਈ ਦਿਲ ਵੀ ਆ ਤੇ ਕੋਈ ਪਿਪਰੇ ਆ, ਉਜਰੀ ਕਲੇਜੀ ਸਾਰਾ ਕੁਝ ਤੇਰੇ ਕੋਲ ਆ, ਤੂੰ ਗੁਰਦੇ ਹੀ ਕਰਨੇ ਆ ਤੇ ਕੋਈ ਨਿਆਣੇ ਖੋ ਕੇ ਲੈ ਜਾਣ। ਮੈਂ ਗੁਰਦੇ ਅੱਲਾ ਰਹਿਮ ਕਰੇ ਜੇਬ 'ਚ ਪਾਏ ਆ, ਅੰਦਰ ਹੀ ਹੁੰਦੇ ਆ, ਅੱਲਾ ਨਾਲ ਸ਼ਿਫਾ ਦੇਵੇ। ਹਾਂਜੀ ਹਾਂਜੀ ਹਾਂਜੀ, ਅੱਛਾ। ਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਹੈ ਜੀ, ਹਰ ਮਹੀਨੇ ਤੁਹਾਡਾ ਇਨਾਮ ਤੁਹਾਡੇ ਘਰ ਪਹੁੰਚਿਆ ਕਰੇਗਾ। ਉਹਨਾਂ ਨੇ ਕਿਹਾ ਜੀ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਇਹ ਰੀਤ ਨਹੀਂ ਟੁੱਟਣੀ ਚਾਹੀਦੀ। ਹਾਏ ਹਾਏ, ਮੈਂ ਤਾਂ ਕਹਿੰਦਾ ਉਹਨਾਂ ਦੀ ਜ਼ਿੰਦਗੀ ਹੈ ਤੇਰੇ ਉਸਤਾਦ ਹੁਣਾਂ ਦੀ ਜ਼ਿੰਦਗੀ ਵੀ ਉਹਨਾਂ ਨੂੰ ਲਾਵੇ। 2 ਸਾਲ ਲੋਕ ਆਉਂਦੇ ਕਿਤੇ ਬਾਰ ਬਾਰ, 2.5 ਸਾਲ ਦੀ ਜ਼ਿੰਦਗੀ ਕੀ ਕਰਨੀ ਹੈ ਮੇਰੇ ਪੁੱਤ ਦੀ ਜ਼ਿੰਦਗੀ, ਅੱਲਾ ਉਹਨਾਂ ਨੂੰ ਲਾਵੇ ਜਵਾਨੀ 'ਚ ਆ ਜੇ। ਅਜੇ ਤਾਂ ਮੇਰਾ 50 ਸਾਲ ਬਾਕੀ ਹੈ ਇਹਦੇ, ਲੈ ਲੈਣ ਮਲਕ ਸਾਹਿਬ, ਹਾਂ ਮੈਂ ਪੁੱਤ ਵਾਰ ਦੇਵਾਂ ਮੇਰੇ 3 ਸਾਲ ਦੀਆਂ ਸੱਤਾਂ ਨਸਲਾਂ 'ਚ ਵਿਆਹ ਹੋਣੇ ਆ, ਸਾਡੇ 50 ਸਾਲ ਲੰਘ ਹੀ ਜਾਣੇ ਆ। ਤੇ ਮੈਂ ਇਨਾਮ ਆ ਗਿਆ ਜੀ ਤੇ ਮੈਂ ਮੰਗਵਾਉਣਾ। ਅੱਲਾ ਤੁਹਾਡੀ ਖੈਰ ਕਰੇ। ਅੱਲਾ ਮੌਲਾ, ਖਾਣਾ ਕੀ ਹੈ? ਨਹੀਂ ਨਹੀਂ ਖਾਣਾ ਨਹੀਂ 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 ਜੀ ਨਹੀਂ ਨਹੀਂ ਕਰਦੇ, ਤੁਸੀਂ ਕਹਿਤਾ ਮੈਂ ਤੁਹਾਨੂੰ ਨਹੀਂ ਜਾਣ ਦੇਣਾ। ਮਲਕ ਸਾਹਿਬ ਬਹੁਤ ਪਿਆਰ ਵਾਲੇ ਜੀ ਆ। ਹਾਂਜੀ ਹਾਂਜੀ, ਮਲਕ ਸਾਹਿਬ ਨੇ ਸਾਡੀਆਂ ਗੁਰਬਤਾਂ ਦੂਰ ਕਰਤੀ ਆ। ਹਾਂਜੀ ਹਾਂਜੀ, 15 ਦਿਨ ਅਸੀਂ ਦਾਲ ਦੇ ਮੱਥੇ ਨਹੀਂ ਲੱਗੇ। ਹਾਏ ਹਾਏ, ਕਰੇਲੇ ਗੋਸ਼ਤ ਚੱਲਦੇ ਰਹੇ ਆ, ਕਰੇਲੇ ਗੋਸ਼ਤ ਰੋਜ਼ ਹੀ। ਮੈਂ ਕਹਿੰਦਾ ਕਰੇਲੇ ਗੋਸ਼ਤ ਇੰਜ ਚੱਲੇ ਜਿਵੇਂ ਲੜਾਈ ਚੀਟਾਂ ਚੱਲਦੀਆਂ। ਓਏ ਹੋਏ ਹੋਏ, ਵਾਹ ਵਾਹ ਵਾਹ, ਸੁਬਾਹ ਦੁਪਹਿਰ ਸ਼ਾਮ ਅਸੀਂ ਬਾਹਰ ਸਬਜ਼ੀ ਆ ਕਰੇਲੇ, ਹਾਂਜੀ ਆਪਣੇ ਬਹਿਨੋਈ ਜੀ ਦਾ ਇਤਰਾਮ ਕਰਦੇ। ਇਲਾਕੇ ਦੀਆਂ ਬਿੱਲੀਆਂ ਸਾਡੇ ਦੁਆਲੇ ਹੋ ਗਈਆਂ, ਉਹ ਸਾਨੂੰ ਮੁਰਸ਼ਦ ਮੰਨਣ ਲੱਗ ਪਈਆਂ, 15 ਦਿਨ ਉਹਨਾਂ ਨੂੰ ਵੀ ਲੱਭਦਾ ਰਿਹਾ ਖਾਣ ਨੂੰ। ਅੱਛਾ ਅੱਛਾ, ਹਾਂ ਬਿਮਾਰੀਆਂ ਦੂਰ ਹੋ ਗਈਆਂ ਬਿੱਲੀਆਂ ਦੀਆਂ। ਅੱਛਾ ਵੀ ਗੋਸ਼ਤ ਛੋਟਾ ਛੋਟਾ ਜੀ, ਛੋਟਾ ਵੱਡਾ ਤਾਂ ਨਾ ਹੀ ਨਹੀਂ ਲੈਣਾ। ਓਏ ਹੋਏ ਹੋਏ, ਕੂੜਪੁਣਾ ਹਾਏ ਹਾਏ, ਵੱਡਾ ਤਾਂ ਜਵਾਈ ਤੇ ਲਾਣਾ ਤਾਂ, ਹਾਂ 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 ਹਾਂ, ਵੱਡਾ ਨਹੀਂ ਹਾਂ ਛੋਟਾ ਛੋਟਾ, ਦੇਸੀ ਮੁਰਗਾ, ਹਾਏ ਹਾਏ ਹਾਏ, ਦੇਸੀ ਮੁਰਗਾ ਨੇ ਛੋਟਾ ਨਹੀਂ ਮੁੱਕਣ ਦਿੱਤਾ। ਮਲਕ ਸਾਹਿਬ ਤੇ ਜਦੋਂ ਦੇ ਆਏ ਆ ਅਸੀਂ, ਇਹਦੇ ਪੈਸੇ ਪੈਸੇ ਮੈਂ ਕਹਿੰਦਾ ਵੱਡੀ ਬੱਚੀ ਵਿਆਹੀ ਆ, ਉਹ ਮਾਸ਼ਾਅੱਲਾ ਦੇਖ ਲਓ ਦੁਆਵਾਂ ਤੇ ਮਲਕ ਸਾਹਿਬ, ਅੱਲਾ ਉਹਨਾਂ ਦੀਆਂ ਜ਼ਿੰਦਗੀਆਂ ਕਰੇ। ਵਿਆਹ ਕਰ ਲਈ ਆ, ਮੁੰਡੇ ਸਾਰੇ ਜਾਂਦੇ ਆ, ਮਲਕ ਸਾਹਿਬ ਦੇ ਪੈਸੇ ਦੀ ਲਈ ਆ। ਵਾਹ 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 ਵਾਹ, ਤੇ ਤੁਸੀਂ ਹੁਣ ਦੇਖ ਲਓ ਉਹਨਾਂ ਨੇ ਤੁਹਾਡੇ ਵਾਸਤੇ ਅਗਲਾ ਇੰਤਜ਼ਾਮ ਵੀ ਪੱਕਾ ਕਰਤਾ ਕਿ ਲੱਗ ਲਾ ਦਿਓ ਇਹਨਾਂ ਦਾ ਕੰਮ। ਮੌਲਾ ਉਹਨਾਂ ਦੀਆਂ ਜ਼ਿੰਦਗੀਆਂ ਕਰੇ, ਹਾਂ ਉਹਨਾਂ ਦੀਆਂ ਕਰੇ, ਅੱਲਾ ਬੇਸ਼ੱਕ ਉਹਨਾਂ ਨੂੰ ਕੋਈ ਦਿਨ ਚਾਹੀਦੇ ਹੋਣ ਤੇ ਮੈਂ ਮੱਖੀ ਦੇ ਦਿਵਾ ਸਕਦਾ, ਮੱਖੀ ਦੇ ਦਵਾ ਸਰ, ਪਰ ਸ਼ੋਖੀ ਤੋਂ ਹਟ ਵੀ ਜਾਇਆ ਕਰੋ, ਕੋਈ ਗੱਲ ਕਰਨ ਦੇ ਪ੍ਰਾਹੁਣੇ ਇਹ ਵੇਚੀ ਤੁਸੀਂ? ਮੂੰਹ ਤਾਂ ਸਿੱਧਾ ਕਰ ਪੁੱਤ, ਤੇਰੇ ਅੱਗੇ ਅੱਗ ਬਲਣ ਲਈ ਆ, ਹਾਂ ਵੀ ਮੂੰਹ ਸਿੱਧਾ ਕਰ, ਨਿੱਚ ਫਸੀ ਹੁੰਦੀ ਤੇਰੀ। ਇਹ ਆ ਕੇ ਗਿਫਟ, ਮੈਂ ਗਿਫਟ ਇੰਜ ਨਹੀਂ ਲੈਣਾ, ਹਾਂਜੀ ਮੇਰੇ ਬੰਦੇ ਸਾਰੇ ਮਲਕ ਸਾਹਿਬ ਦੇ ਗਿਫਟ ਦਾ ਇਸਤਕਬਾਲ ਕਰਨਗੇ, ਹਾਂਜੀ ਫਿਰ ਗਿਫਟ ਅੰਦਰ ਲਿਆਉਣਾ ਬੂਹੇ ਤੇ ਜੀ। ਹਾਂ ਭਾਗ ਵਾਲੀ ਦੁਨੀਆ ਆ, ਆਓ ਜੀ ਭਾਗ ਵਾਲੀ ਦੁਨੀਆ, ਆ ਮੁੰਡੇ ਲੱਗੋ ਲੈ ਕੇ, ਆਓ ਜੀ, ਆਜੋ ਆਜੋ ਆਜੋ, ਹਾਏ ਹਾਏ ਹਾਏ, ਆਜੋ ਆਜੋ ਆਜੋ, ਹਾਏ 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 ਹਾਏ, ਗਿਫਟ ਮੈਂ ਨਾਲ ਲੈ ਕੇ ਆਇਆ ਸੀਗਾ ਜੀ, ਮੌਲਾ ਜ਼ਿੰਦਗੀਆਂ ਕਰੇ ਜੀ ਮਲਕ ਸਾਹਿਬ ਦੀਆਂ। ਹਾਂਜੀ ਕਲੋਬੋ ਪੁੱਤੋ, ਹਾਂਜੀ ਇਹ ਮਲਕ ਸਾਹਿਬ ਸਾਡੇ ਪਿਆਰ ਵਾਲੇ ਆ, ਕਾਕਾ ਜੀ ਇਹਨਾਂ ਨੇ ਗਿਫਟ ਭੇਜਿਆ, ਹਾਂਜੀ ਇਹ ਖਾਨਦਾਨੀ ਲੋਕ ਆ, ਇਦਾਂ ਦੇ ਲੋਕ ਨੇ, ਜ਼ਿੰਦਗੀ ਆ ਲਾ ਦੇਵੇ ਇਹਨਾਂ ਨੂੰ।
ਲਿਆਓ ਜੀ ਕਿਹੜਾ ਗਿਫਟ ਹਾਂਜੀ ਹਾਂਜੀ ਐ ਵਜਾਉਣਾ ਹੈ ਜੀ ਹਲਕਾ ਜਿਹਾ ਵਜਾ ਲੈਣੇ ਆ ਓਏ ਮੁੰਡਿਓ ਇਸਤਕਬਾਲ ਵਾਸਤੇ ਵਜਾ ਲਿਆਓ ਜੀ ਲਿਆਓ ਜੀ ਲਿਆਓ 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 ਸਾਰਾ ਸਾਰਾ ਗਿਫਟ ਲਿਆਓ ਜੀ ਅੰਦਰ ਸਾਰਾ ਗਿਫਟ ਲਿਆਓ ਜੀ ਕੋਈ ਗਿਫਟ ਬਾਹਰ ਨਹੀਂ ਰਹਿਣਾ ਚਾਹੀਦਾ ਲਿਆਓ 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 ਸਾਰਾ ਗਿਫਟ ਲਿਆਓ ਜੀ ਅੰਦਰ ਸ਼ਾਬਾਸ਼ 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 ਵਾਹ 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 ਲਿਆਓ ਜੀ ਲਿਆਓ ਲਿਆਓ ਗਿਫਟ ਤੱਕ ਦਿਓ ਅੰਦਰ ਸਾਰੇ ਗਿਫਟ ਗਿਫਟ ਨੂੰ ਕੈਂਚੀ ਸਹੀ ਤਰ੍ਹਾਂ ਪਾਈਓ ਜ਼ਰਾ ਆਏ ਹਾਏ 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 ਲਿਆਓ ਜੀ ਲਿਆਓ ਮਲਕ ਸਾਹਿਬ ਦੇ ਹੈਗੇ ਜੀ ਅਸਲ 'ਚ ਆਪਣੇ ਬਰਫਖਾਨੇ ਇਹ ਹਾਲੇ ਸਿਰਫ 10 ਬਲਾਕ ਆਏ ਆ ਉਹ ਤੇਰੇ ਮਲਕ ਦੇ ਗਰਖਾਨੇ ਹੁਣ ਉਹ ਮਾੜਿਆ ਇਹ ਗਿਫਟ ਆ ਹਾਂਜੀ ਮਲਕ ਸਾਹਿਬ ਦਾ ਬੇਸ਼ਮਾਰ ਹੈ ਤੇਰੇ ਮਲਕ ਸਾਹਿਬ ਤੇ ਵੀ ਮਲਕ ਸਾਹਿਬ ਦਾ ਵਟਸਐਪ ਚੱਲਦਾ ਆ ਹਾਂਜੀ ਮੈਂ ਮਲਕ ਸਾਹਿਬ ਨੂੰ ਲਾਲਚ ਭੇਜਣਾ ਚਾਹੁੰਦਾ ਆ ਕਿਉਂ ਜੀ ਉਹ ਬੇੜਾ ਗਰਕ ਜੇ ਆ ਮਲਕ ਦਾ ਉਹ ਇਹ ਮੁਰਦਾ ਖਾਨਾ ਆ ਆ ਕੀ ਭੇਜ ਦਿੱਤਾ ਮਲਕ ਸਾਹਿਬ ਨੇ ਇਹ ਹਾਲੇ ਸਿਰਫ 10 ਬਲਾਕ ਆਏ ਆ ਪਿੱਛੇ 300 ਬਲਾਕ ਹੋਰ ਹੁੰਦੇ ਆ ਓਏ ਕਾਕਾ ਉਹ ਤੈਨੂੰ ਕਿਹਨੇ ਦੱਸਦਾ ਵੀ ਇੱਥੇ ਲਾਸ਼ਾਂ ਸੀ ਮੁਰਦੇ ਸਰਦ ਖਾਨਾ ਨਹੀਂ ਦੇਖੋ ਜੀ ਇਹ ਮੁਰਦ ਖਾਨਾ ਮੇਰੀ ਗੱਲ ਲੈ ਜਾ ਲੈ ਜਾ ਨਹੀਂ ਲੈ ਜਾ ਤੇਰੀ ਮਿਹਰਬਾਨੀ ਆ ਇੱਧਰ ਹੋ ਜਾ ਖਾਂ ਜੀ ਕਿਤੇ ਨਮੂਨੀਆਂ ਨਾ ਹੋ ਜਾਏ ਇੱਧਰ ਆ ਜਾ ਉਹ ਲਵੇ ਮੌਲਾ ਮਾੜਿਆ ਇੱਧਰੋਂ ਕੋਈ ਗੱਲ ਕਰ ਲੈ ਨਹੀਂ ਪਾ ਫਾਉਣ ਡਈ ਆ ਇੱਧਰ ਹੋ ਜਾ ਇੱਧਰ ਹੋ ਜਾ ਆ ਮਲਗਾ ਫਿੱਟੇ ਬੁੱਕੇ ਤੇ ਇਹ ਪੰਜ ਮਸਦੇ ਹੋਰ ਹੋਣ ਡਏ ਪੰਜ ਮਸਦੇ ਕਾਦੇ ਬਰਫ ਦੇ ਮੌਲਾ ਲਵੇ ਉਹ ਇਦਾਂ ਦੇ ਮਲਕ ਸਾਹਿਬ ਨੂੰ ਉਹ ਕਿਤੇ ਕੋਲੇ ਬੇੜਾ ਕਰ ਕੋ ਹੋ ਜਾਏ ਇਹ ਗਿਫਟ ਖੋਲਣਾ ਤੁਸੀਂ ਆ ਇਹਦਾ ਫੀਤਾ ਗਿਫਟ ਦਾ ਤੁਸੀਂ ਕੱਟਣਾ ਮੈਂ ਗਿਫਟ ਖੋਲ ਕੇ ਦਿਖਾਉਣਾ ਜੀ ਆਏ ਹਾਏ 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 ਇਸ ਤਰ੍ਹਾਂ ਕਿਤੇ ਤੇਰੇ ਮਲਕ ਸਾਹਿਬ ਖੁੱਲ ਜਾਣਾ ਫਿੱਟੇ ਮੂੰਹ ਹਾਏ 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 ਗਿਫਟ ਕਿਤੇ ਜਾ ਕਿਤੇ ਮਲਕ ਦੀ ਲਾਸ਼ ਦੇ ਆਲੇ ਦੁਆਲੇ ਲਾ ਜਾ ਕੇ ਚੈੱਕ ਤੇ ਬੇੜਾ ਗਰਕ ਜਾਏ ਕਿਤੇ ਚੈੱਕ ਤੇ ਕਰੋ ਜੀ ਕਿਨੂੰ ਲਵੇ ਮੌਲਾ ਦੀ ਜ਼ਾਤ ਓਏ ਓ ਸਾਨੂੰ ਇੰਜ ਲੱਗਣ ਡਿਆ ਤੂੰ ਪਿਸਤੌਲ ਲੈ ਕੇ ਆਉਣ ਡਿਆ ਸਾਡੇ ਵਾਲ ਹਾਏ 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 ਓ ਪਰੇ ਲੈ ਜਾ ਮਾੜਾ ਜਿਹਾ ਸੌਦਾ ਚੈੱਕ ਤੇ ਕਰੋ ਓ ਕਾਕਾ ਅੱਲਾ ਦੀ ਕਸਮੇ ਮੈਨੂੰ ਕੰਮ ਬਾਹਰ ਛਿੜ ਗਿਆ ਓ ਮੁੰਡਿਆ ਮਾੜਾ ਚੈੱਕ ਤੇ ਕਰੋ ਪਰੇ 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 ਲੈ ਜਾ ਇਹਨੂੰ ਕਿਉਂ ਲੈ ਜਾ ਲੈ ਓ ਪਰੇ ਸਿੱਟ ਓਏ ਸੱਪ ਨੂੰ ਬਰਫ ਲੈ ਕੇ ਆਉਣ ਮਹੀਨੇ ਚ ਲੱਗਾ 300 ਗੋਲੀ ਪਿਸਤੌਲ ਦੀ ਲੈ ਕੇ ਆਉਣ ਡੇ ਆ ਦਰ ਵਿਡੇ ਮੂੰਹ ਤੇ ਇੱਕ ਜਗ੍ਹਾ ਕਿੱਥੇ ਰੱਖ ਕਿੱਥੇ ਰੱਖਣ ਮੁੰਡੇ ਤੁਸੀਂ ਹੋਰ ਦੇ ਮਲਕ ਦੇ ਘਰ ਰੱਖ ਜਾ ਕੇ ਮਲਕ ਨੂੰ ਗੁਰਦੇ ਦੇ ਦਿੰਦਾ ਮੇਰੇ ਮੁੰਡਾ ਮਲਕ ਨੂੰ ਆਵੇ ਕਿਸੇ ਦੀ ਆਈ ਮਲਕ ਨੂੰ ਮੈਂ ਜ਼ਹਿਰ ਦੇ ਰਿਹਾ ਲੰਤੀ ਇਹ ਮਰੇ ਮਲਕ ਇਦਾਂ ਦਾ ਇਹ ਤੁਸੀਂ ਮਲਕ ਦਾ ਬੇੜਾ ਗਰਕ ਹੋਵੇ ਇਸ ਮਲਕ ਦਾ ਰਵੇ ਕੱਖ ਨਾ ਇਸ ਮਲਕ ਨੇ ਦੇ ਗਿਫਟ ਪਹੁੰਚਾਏ ਉਹ ਫਿੱਟੇ ਮੂੰਹ ਮਲਕ ਕਿਸੇ ਨੂੰ ਮਲਕ ਸਾਹਿਬ ਨੇ ਕਹਿ ਦਿੱਤਾ ਕਿ ਵੱਡੇ ਖਾਨ ਸਾਹਿਬ ਸ਼ਹੀਦ ਹੋ ਗਏ ਇੰਨੀ ਮਲਕ ਭੇਜ ਦਿੱਤੀ ਆ ਫਿੱਟੇ ਮੂੰਹ ਉਹਨਾਂ ਦੇ ਓਏ ਹੋਏ ਇਹ ਆ ਕੇ ਇਹ ਦੱਸੋ ਕਿ ਜਿਹੜਾ ਮਸਦੇ ਆਉਣ ਡੇ ਚਾਰ ਮਲਕ ਸਾਹਿਬ ਦੀ ਲਾਸ਼ ਪਹਿਲਾਂ ਲਿਆ ਤਾਂ ਕਿ ਅਸੀਂ ਬਰੀਕ ਕਰੀਏ ਮਲਕ ਸਾਹਿਬ ਦੇ ਆਲੇ ਦੁਆਲੇ ਲਾ ਦੇਈਏ ਤਾਂ ਕਿ ਮਲਕ ਠੰਡਾ ਹੋ ਜਾਵੇ ਉਹ ਕਿੱਥੇ ਲਾਉਣੇ ਆ ਭਲਾ ਕਿੱਥੇ ਜਿਹੜੇ ਆਪਾਂ 400 ਬਲਾਕ ਜਿਹੜਾ ਹੋਰ ਆਉਣ ਡਿਆ ਉਹ ਮਲਕ ਸਾਹਿਬ ਦੀ ਕਿਤੇ ਨਸਲ ਤੇ ਲਾ ਦੇ
ਪੇਟੇ ਮੂੰਹ ਇੰਨਾ ਪਤਾ ਨੀ ਕਿਹੜਾ ਤੋਹਫਾ ਲੈ ਆਏ ਆ। ਮੈਂ ਇੰਜ ਦਾ ਚੰਗਾ ਬੰਦਾ ਨੀ ਅੱਜ ਤੱਕ ਦੇਖਿਆ ਮਲਕ ਸਾਹਿਬ ਵਰਗਾ। ਓਏ ਓਏ ਉਹ ਮੁੰਡਿਆ, ਹਾਂਜੀ ਉਹ ਡੱਬੀ ਵਾਲੀ ਚਾਦਰ ਵੇਖੀ ਗਰਮ ਬਲਾਕਾਰ ਸਮੇਤ। ਹਾਂਜੀ ਮਲਕ ਸਾਹਿਬ ਤੁਹਾਡੇ, ਸਾਨੂੰ ਵੀ ਚਾਹੀਦਾ ਤੇਰਾ ਮਲਕ, ਇਹ ਮਲਕ ਦਾ ਬੇੜਾ ਗਰਕ ਹੋ ਜਾਏ। ਜਗ੍ਹਾ ਤੁਸੀਂ ਬਣਾ ਕੇ ਰੱਖਣੀ ਆ, ਮਲਕ ਸਾਹਿਬ ਨੇ ਮਲਕ ਦੀ ਕਬਰ ਵਾਸਤੇ ਜਗ੍ਹਾ ਦੇਣੀ ਆ, ਬਲਾਕਾਂ ਵਾਸਤੇ ਨਹੀਂ। ਮੌਲਾ ਵੀ ਨਾ ਦਵੇ ਉਹਨੂੰ ਜੋ ਉਹਨੇ ਸਾਡੇ ਨਾਲ ਹਾ ਕੀਤੀ ਹੈ ਜਾਂ ਗਰਕ ਜੈ ਮਲਕ ਦਾ। ਲਓ ਜੀ ਜੇ ਦਾ ਤੋਹਫਾ ਹੋਵੇ ਨਾ ਉਹਦੇ ਕੋਲ ਪਿਆ ਹੋਣਾ ਚਾਹੀਦਾ, ਇੱਥੇ ਲਿਆਓ ਅੱਗੇ ਤੋਹਫੇ ਦਾ। ਲੈ 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 ਕਿਉਂ ਸਾਡੀ ਲਾਸ਼ ਕਰਨੀ ਹੈ? ਲੈ ਆਓ ਖਾਨ ਸਾਹਿਬ ਦੇ ਕੋਲ, ਓਏ ਖੁਦਾ ਦੇ ਲੈ ਆਓ, ਬਾਕੀ ਵੀ ਲੈ ਆਓ। ਤੇਰਾ ਬੇੜਾ ਤਰਜੇ ਓਏ। ਕਿਉਂ ਜੀ? ਹਾਂ ਇਹ ਮਲਕ ਸਾਹਿਬ ਵੱਲੋਂ ਨਾਨਕ ਸ਼ੱਕ ਆਈ ਆ, ਇਹ ਫਿਰ ਤੁਹਾਡੇ ਲਈ ਅੱਗ ਲਓ ਮਲਕ ਸਾਹਿਬ ਵੱਲੋਂ। ਇਹ ਦੇਖ ਲਓ ਮਿੱਠੇ ਪਾਣੀ ਦੀ ਬਰਫ਼ ਸਪੈਸ਼ਲ ਬਣਵਾ ਕੇ ਤੁਹਾਡੇ ਵਾਸਤੇ ਭੇਜੀ ਉਹਨਾਂ ਨੇ। ਲੈ ਜਾ ਵੇਚ, ਅੱਧੀ ਕੀਮਤ ਦੇ ਵੇਚ ਦੇ, ਸਾਨੂੰ ਪੈਸੇ ਦੇ ਦੇ। ਮਲਕ ਨੂੰ ਕਹਿ ਸਾਨੂੰ ਪੈਸੇ ਦੇ ਦਿੰਦਾ, ਉਹ ਅਸੀਂ ਚਾਰ ਦਿਨ ਚੰਗੇ ਕੱਢ ਲੈਂਦੇ, ਆ ਅਸੀਂ ਕਿੱਥੇ ਲੈ ਜਾਈਏ ਇਹਨਾਂ ਨੂੰ। ਆ ਤੁਹਾਡਾ ਬੇੜਾ ਤਰਜੇ, ਗੋਡੇ ਠੰਡੇ ਹੋ ਗਏ ਮੇਰੇ ਤਾਂ, ਅੱਗੇ ਗੋਡੇ ਅੱਜ ਦਰਦ। ਤੁਸੀਂ ਕਿਸੇ ਪਾਸੇ ਓਏ ਉਹ ਬੇੜ ਕਿੱਡੇ ਬਣਾ ਕੇ ਭੇਜੇ। ਉਹ ਕਾਕਾ ਮੇਰੀ ਟੋਪੀ ਕਿੱਥੇ ਆ? ਉਹ ਗਰਮੀਆਂ ਨੂੰ ਪਾਣੀ ਨਸੀਬ ਨਹੀਂ ਹੁੰਦਾ, ਆ ਬਲਾਕ ਦੇ ਦੇ ਜ਼ਾਲਮਾ। ਓਏ ਹੋਏ ਓਹੋ, ਇਹ ਮੈਂ ਤੁਹਾਡੇ ਕੋਲ ਰੱਖ ਦਿਆਂ। ਉਹ ਮੌੜਾ ਲਾਸ਼ ਕਰਿਆ ਤੇਰੇ ਮਲਕ ਸਾਹਿਬ ਦੀ ਨਾਮ ਮੁਰਾਦਾ, ਕਿਉਂਕਿ ਆਪਣਾ ਸਾਰਾ ਸਮਾਨ ਤੇ ਲੈ ਗਿਆ। ਹੱਥ ਲਾਓ, ਕਿਉਂ ਹੱਥ ਲਾ ਕੇ? ਤਾਂ ਮੈਨੂੰ ਪਤਾ ਹੋਏਗਾ ਕਿ ਮੈਂ ਪੀਰਾ, ਵੀ ਮੈਂ ਹੱਥ ਲਾਉਣਾ ਤੇ ਤੁਸੀਂ ਵੱਢਣੀ ਸ਼ੁਰੂ ਕਰ ਦੇਣੀ ਹੈ। ਮੈਨੂੰ ਕਿਸੇ ਗੱਲ ਨੂੰ ਹੱਥ ਲਵਾ, ਅਸੀਂ ਨਾ ਆਹ ਮਕਾਨ ਜਿਹੜਾ ਆ ਆਹ ਮਲਕ ਸਾਹਿਬ ਨੂੰ ਅਸੀਂ ਕਿਰਾਏ ਦੇ ਦਿੰਦੇ। ਕਾਤੋਂ? ਆਹ ਮਲਕ ਸਾਹਿਬ ਬਲਾਕ ਸਟਾ ਲੜ, ਅਸੀਂ ਇਹਨਾਂ ਨੂੰ ਕਿਰਾਏ ਦੇ ਦਿੰਦੇ। ਉਹ ਭੈਣੇ ਜਿੰਨੀ ਬਰਫ਼ ਸਿੱਟ ਦਿੱਤੀ ਅਸੀਂ ਤਾਂ 6 ਮਹੀਨੇ ਦੀ। ਲੈ ਲੈ ਬਕਾਇ, ਲੈ ਯਾਰ ਲੈ। ਉਹ ਖੁਦਾ ਦਾ ਨਾ ਆਈਆਂ ਤੈਨੂੰ ਲਵੇ ਮੌਲਾ ਦੀ ਜ਼ਾਤ। ਲੈ ਲੈ ਲੈ, ਉਹ ਕੋ ਹਜ਼ਾਰ ਨੂੰ ਹੱਥ ਮਾਰੋ ਭਾਈ, ਆ ਵੇਖ ਲਓ ਕੋਲ ਲਿਆ ਕੇ ਰੱਖ, ਇੱਧਰ 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 ਅੱਗੇ ਲਿਆ ਕੇ ਰੱਖ। ਤੇਰਾ ਬੇੜਾ ਤਰਜੇ, ਤੂੰ ਕਿਹੜੀ ਮਿੱਟੀ ਦਾ ਬਣਿਆ? ਲੈ ਲੈ ਸਾਰੇ ਲੈ। ਉਹ ਕਿੱਦਾਂ ਹੱਥ ਪਾ ਖਿੱਚੀ ਜਾਣਦੇ ਆ? ਉਹ ਰਹਿਣ ਦੇ ਓਏ, ਤੋਹਫਾ ਮਾਲਕ ਦੇ ਕੋਲ ਪਿਆ ਹੀ ਚੰਗਾ ਲੱਗਦਾ ਆ। ਆ ਵੇ ਓਏ, ਆ ਆ ਕੀ ਆ? ਉਹ ਤੇਰਾ ਬੇੜਾ ਗਰਕ ਗਿਆ। ਮੈਂ ਹਰ ਮਹੀਨੇ ਮਲਕ ਸਾਹਿਬ ਦਾ ਤੋਹਫਾ ਦੇਣ ਤੁਹਾਨੂੰ ਆਇਆ ਕਰਨਾ। ਤੁਸੀਂ ਏਦਾਂ ਕਰੋ, ਹਾਂਜੀ ਆਹ ਮਕਾਨ ਜਿਹੜਾ ਨਾ, ਹਾਂਜੀ ਤੁਸੀਂ ਸਾਨੂੰ ਤੋਹਫਾ ਦਿੱਤਾ ਨਾ, ਹਾਂਜੀ ਹੋਏ ਅਸੀਂ ਤੁਹਾਨੂੰ ਬਲਾਕਾਂ ਸਮੇਤ ਤੋਹਫਾ ਦਿੱਤਾ। ਕੀ? ਆਹ ਮਕਾਨ। ਅੱਛਾ, ਸਾਡਾ ਮਕਾਨ ਵੀ ਰੱਖ ਲਓ, ਹਾਂਜੀ ਸਾਡੇ ਬਲਾਕ ਵੀ ਰੱਖ ਲਓ, ਹਾਂਜੀ ਸਾਡੇ ਬੱਚੇ ਵੀ ਰੱਖ ਲਓ। ਤੂੰ ਕਿਸ ਤਰ੍ਹਾਂ ਹਰ ਸ਼ੈ ਲੈ ਕੇ ਬੈਠਾ ਸਾਨੂੰ ਤੂੰ ਮਾਰਨਾ? ਅਸੀਂ ਇੱਥੋਂ ਨਿਕਲਣ ਦੀ ਗੱਲ ਕਰੋ ਉਸਤਾਦ ਜੀ, ਉਹ ਚਲੋ ਆਪਣੇ ਨਿਕਲੋ ਇੱਥੋਂ। ਹਾਂ ਰੱਖ ਲਓ, ਮਲਕ ਰਵੇ ਅਕਲਾਂਟ, ਮਲਕ ਰਵੇ ਉਹ ਸੋਟੀ, ਅਸੀਂ ਚਲੇ ਜਾਂਦੇ, ਸਾਡਾ ਅਸੀਂ ਚਲੇ ਜਾਂਦੇ ਆ। ਆ ਮਲਕਾ ਤੇਰਾ ਬੇੜਾ ਗਰਕ ਹੋਵੇ, ਮਲਕ ਦਾ ਵੀ ਬੇੜਾ ਗਰਕ ਤੇ ਇਹਨੂੰ ਕੀ ਕਹਿ ਰਹੀ ਆ? ਗਿਫਟ ਦੇ ਲਾਣ ਤੇ ਤਰਸਲਾ ਆ ਮਾਰੇ, ਆ ਮੀਆਂ ਵਾਲੀ ਦਾ ਖੁਸਰਾ ਕਿੱਡਾ ਕਰਦਾ, ਇਹਦਾ ਲਈ ਗਿਫਟ ਲੈ ਕੇ ਆਏ ਮਲਕ ਸਾਹਿਬ ਕਹਿੰਦੇ ਨਾ ਦੇਣਾ, ਆ ਤੇਰਾ ਬੇੜਾ ਗਰਕ ਆ ਤੇਰੇ ਗਿਫਟ ਦਾ। ਨਿਕਲਣ ਦੀ ਗੱਲ ਕਰੋ, ਉਹ ਤੇਰਾ ਤੁਹਾਡਾ ਘਰ ਆ ਇਹ, ਤੁਹਾਡਾ ਬੱਚੇ ਵੀ ਸਾਡੇ ਤੁਹਾਡੇ ਤੇ ਘਰ ਵੀ ਤੁਹਾਡਾ, ਤੁਹਾਡੇ ਮਲਕ ਸਾਹਿਬ ਨੂੰ ਬਹੁਤ ਆਵੇ ਕਿਤੇ, ਤੁਹਾਡੇ ਮਲਕ ਦੇ ਉਹਨਾਂ ਨੂੰ ਤੁਹਾਡੇ ਮਲਕ ਨੂੰ ਮਲਕ ਬੇੜਾ ਗਰਕ ਜੇ ਤੁਹਾਡਾ ਦਰ ਫਿਟੇ ਮੂੰ ਤੇਰੇ ਗਿਫਟ ਦੇਣ ਤੇ ਲੱਖ ਲਾਨਤ ਆ।